ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਚਾਹੇ ਕਿਸੇ ਵੀ ਦੁਨੀਆ ਦੇ ਕੋਨੇ 'ਚ ਬੈਠੇ ਹਾਂ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ 20 ਮਾਰਚ ਤੋਂ ਬਾਅਦ ਹੁਣ ਤੱਕ ਆਪਾਂ ਇਸ ਤਰ੍ਹਾਂ ਦੀ ਦੁਨੀਆ 'ਚ ਹੈ ਇਸ ਟਾਈਮ, ਅਤੇ ਜਿਹੜੀ ਕਿ ਕਦੀ ਆਪਾਂ ਇਮੈਜਿਨ ਹੀ ਨਹੀਂ ਸੀ ਕੀਤੀ, ਹੈ ਨਾ। ਮਤਲਬ ਹਾਲਾਤ ਇਸ ਤਰ੍ਹਾਂ ਦੇ ਆਪਾਂ ਕਦੀ ਵੀ ਨਹੀਂ ਸੀ ਸੋਚੇ ਕਿ ਇਸ ਤਰ੍ਹਾਂ ਹੋ ਸਕਦਾ ਆ। ਅਤੇ ਜਿਸ ਦਿਨ ਇਹ ਕੰਮ ਸਟਾਰਟ ਹੋਇਆ ਸੀ ਪੰਜਾਬ 'ਚ, ਰੋਜ਼ ਦੇ 2-4 ਕੇਸ ਇਸ ਤਰੀਕੇ ਨਾਲ ਆ ਰਹੇ ਸੀ, ਅਤੇ ਅੱਜ ਦੇਖਦੇ ਦੇਖਦੇ ਅੱਜ ਦੀ ਡੇਟ ਤੱਕ ਆਪਾਂ ਦੇਖ ਰਹੇ ਹਾਂ ਮੋਰ ਦੈਨ 600 ਪੋਜ਼ੀਟਿਵ ਕੇਸਿਸ ਜਿਹੜੇ ਉਹ ਪੰਜਾਬ 'ਚ ਹੋ ਚੁੱਕੇ ਆ। ਅਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ 35,000 ਤੋਂ ਵੀ ਜ਼ਿਆਦਾ ਲੋਕ ਜਿਹੜੇ ਆ ਉਹ ਇਸ ਡਿਜ਼ੀਜ਼ ਦੀ ਲਪੇਟ 'ਚ ਆ ਗਏ ਆ। ਅਤੇ ਚਾਹੇ ਕਿ ਸਾਰੇ ਡਾਕਟਰਸ ਜਾਂ ਹੋਰ ਲੋਕ ਜਿਹੜੇ ਇਸ ਦੇ ਵਰਕ ਦੇ ਵਿੱਚ ਲੱਗੇ ਹੋਏ ਆ ਉਹ ਐਫਰਟਸ ਕਰ ਰਹੇ ਆਪਣੇ ਆਪਣੇ ਕਿ ਕਿਸੇ ਦਿਨ ਇਹਦਾ ਕੋਈ ਸੋਲਿਊਸ਼ਨ ਲੱਭੇ ਜਾਵੇ, ਅਤੇ ਬਟ ਹਜੇ ਤੱਕ ਕੋਈ ਪ੍ਰੋਪਰ ਸੋਲਿਊਸ਼ਨ ਟ੍ਰੀਟਮੈਂਟ ਇਹਦਾ ਨਹੀਂ ਮਿਲਿਆ ਆਪਾਂ ਨੂੰ। ਅਤੇ ਇਸ ਲਈ ਆਪਾਂ ਨੂੰ ਹੋਰ ਕੋਈ ਤਾਂ ਆਪਸ਼ਨ ਹੈ ਨਹੀਂ, ਸਿਰਫ ਪ੍ਰੀਕੋਸ਼ਨਸ ਹੀ ਹੈਗੀਆਂ ਆ ਜਿਹੜੀਆਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਜੇ ਆਪਾਂ ਬਚਣਾ ਆ, ਠੀਕ ਹੈ। ਬਟ ਇਹਦੇ ਨਾਲ ਨਾਲ ਹੀ ਆਪਾਂ ਨੂੰ ਨੈਗੇਟਿਵ ਨਹੀਂ ਹੋਣਾ ਚਾਹੀਦਾ, ਪੋਜ਼ਿਟਿਵ ਹੀ ਰਹਿਣਾ ਚਾਹੀਦਾ ਆ, ਬਿਕੋਜ਼ ਐਵਰੀ ਪ੍ਰੋਬਲਮ ਹੈਜ਼ ਅ ਸੋਲਿਊਸ਼ਨ ਵਿਦ ਇਟ, ਹੈ ਨਾ। ਕੋਈ ਵੀ ਪ੍ਰੋਬਲਮ ਹੁੰਦੀ ਆ ਉਹਦਾ ਸੋਲਿਊਸ਼ਨ ਵੀ ਉਹਦੇ ਨਾਲ ਹੀ ਹੁੰਦਾ ਆ, ਠੀਕ ਹੈ। ਸੂਨਰ ਔਰ ਲੇਟਰ ਆਪਾਂ ਨੂੰ ਉਹ ਮਿਲ ਹੀ ਜਾਂਦਾ ਆ, ਠੀਕ ਹੈ। ਅਤੇ ਇਹਦਾ ਵੀ ਕੋਈ ਨਾ ਕੋਈ ਹੱਲ ਮਿਲ ਹੀ ਜਾਣਾ ਜਲਦੀ ਜਲਦੀ, ਦੈਨ ਐਵਰੀਥਿੰਗ ਵਿਲ ਬੀ ਫਾਈਨ, ਅਤੇ ਸਾਰਾ ਕੁਝ ਠੀਕ ਹੋ ਜਾਣਾ ਆ। ਬਟ ਆਪਾਂ ਨੂੰ ਪੋਜ਼ਿਟਿਵ ਰਹਿਣਾ ਉਹ ਬਹੁਤ ਜ਼ਰੂਰੀ ਆ, ਹੈ ਨਾ। ਐਜ਼ ਵੀ ਨੋ ਹੋਪ ਸਸਟੇਨਸ ਲਾਈਫ, ਹੈ ਨਾ। ਉਮੀਦ ਹੀ ਜ਼ਿੰਦਗੀ ਕਾਇਮ ਰੱਖਦੀ ਆ, ਜਿੱਥੇ ਉਮੀਦ ਹੀ ਖਤਮ ਹੋ ਗਈ ਉੱਥੇ ਹੋਰ ਕੁਛ ਨਹੀਂ ਬਚਦਾ, ਅਤੇ ਸਾਰਾ ਕੁਛ ਹੀ ਖਤਮ ਹੋ ਜਾਂਦਾ। ਅਤੇ ਆਪਣੇ ਕੋਲ ਅੱਜ ਲਾਈਫ ਹੈਗੀ ਆ, ਜ਼ਿੰਦਗੀ ਹੈ, ਫੈਮਿਲੀ ਹੈ, ਹੈ ਨਾ, ਸਾਰਾ ਕੁਛ ਹੈਗਾ ਆਪਣੇ ਕੋਲ। ਅਤੇ ਆਪਣਾ ਵੀ ਆਪਣੇ ਮਨ 'ਚ ਵਿਸ਼ਵਾਸ ਵੀ ਰੱਖੀਏ ਵੀ ਆਪਾਂ ਸਾਰਾ ਕੁਛ ਠੀਕ ਜਿਹੜਾ ਉਹ ਹੋਏਗਾ, ਬਹੁਤ ਜਲਦੀ ਠੀਕ ਹੋ ਜਾਣਾ ਆ, ਹੈ ਨਾ। ਅਤੇ ਦੂਸਰੀ ਗੱਲ ਇਹ ਕਿ ਜਿਹੜੇ ਡਾਕਟਰਸ ਆ, ਸੋਸ਼ਲ ਵਰਕਰਸ ਆ, ਜਾਂ ਐਨ ਜੀ ਓਜ਼ ਦੇ ਥਰੂ ਜਿਹੜੇ ਕੰਮ ਕਰ ਰਹੇ ਆ, ਗਵਰਨਮੈਂਟ ਆ ਅਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਕਿ ਆਪਣੀਆਂ ਸੇਵਾਵਾਂ ਦੇ ਵਿੱਚ ਹੈਗੇ ਆ, ਅਤੇ ਉਹਨਾਂ ਨੇ ਆਪਣੀ ਸਾਰੀ ਜਿਹੜੀ ਪਹਿਲਾਂ ਦੀ ਸੋਚ ਸੀ ਨਾ ਉਹ ਬਦਲ ਕੇ ਰੱਖ ਦਿੱਤੀ ਆ, ਜੋ ਉਹਨਾਂ ਦੀ ਇੱਕ ਨਿਊ ਇਮੇਜ ਆਪਣੇ ਸਾਹਮਣੇ ਆਈ ਆ, ਬਹੁਤ ਰਿਸਪੈਕਟੇਬਲ ਜਿਹੜੀ ਆ ਇਮੇਜ ਉਹ ਹੈਗੀ ਆ। ਅਤੇ ਆਪਾਂ ਨੂੰ ਸਾਰਿਆਂ ਨੂੰ ਆਪਣਾ ਮਤਲਬ ਫਰਜ਼ ਵੀ ਬਣਦਾ ਕਿ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰੀਏ, ਹੈ ਨਾ, ਕ੍ਰਿਟੀਸਾਈਜ਼ ਨਾ ਕਰੀਏ, ਕੋਆਪਰੇਟ ਕਰੀਏ ਆਪਾਂ ਉਹਨਾਂ ਨੂੰ ਹਰ ਤਰੀਕੇ ਦੇ ਨਾਲ, ਠੀਕ ਹੈ। ਅਤੇ ਟੀਚਰਸ ਜਿਹੜੇ ਆ, ਚਾਹੇ ਉਹ ਪ੍ਰਾਈਵੇਟ ਸਕੂਲਸ ਦੇ ਟੀਚਰਸ ਆ ਜਾਂ ਗਵਰਮੈਂਟ ਸਕੂਲਸ ਦੇ ਟੀਚਰਸ ਆ, ਉਹ ਸਾਰੇ ਵੀ ਆਪਣੇ ਆਪਣੇ ਲੈਵਲ 'ਤੇ ਬੱਚਿਆਂ ਦੇ ਨਾਲ ਇਨ ਟੱਚ ਹੈਗੇ ਆ, ਉਹਨਾਂ ਨੂੰ ਔਨਲਾਈਨ ਟੀਚਿੰਗ ਦੇ ਰਹੇ ਆ। ਅਤੇ ਕਈ ਲੋਕ ਇਸ ਚੀਜ਼ ਤੋਂ ਵੀ ਕ੍ਰਿਟੀਸਾਈਜ਼ ਕਰ ਰਹੇ ਆ ਕਿ ਪ੍ਰਾਈਵੇਟ ਸਕੂਲਸ ਵਾਲੇ ਟੀਚਰਸ ਤਾਂ ਪੜ੍ਹਾ ਰਹੇ ਆ ਕਿ ਉਹ ਮਤਲਬ ਫੀਸਾਂ ਵਗੈਰਾ ਕਲੈਕਟ ਕਰ ਸਕਣ ਬੱਚਿਆਂ ਤੋਂ, ਠੀਕ ਹੈ। ਇਹ ਜ਼ਰੂਰੀ ਨਹੀਂ ਹੈਗਾ, ਕਿਉਂਕਿ ਸਰਵਾਈਵ ਤਾਂ ਹੁਣ ਹਰ ਇਨਸਾਨ ਨੇ ਹੀ ਕਰਨਾ, ਹਰ ਇਨਸਾਨ ਨੇ ਹੀ ਆਪਣੇ ਬੱਚਿਆਂ ਨੂੰ ਵੀ ਪਾਲਣਾ, ਅਤੇ ਇਹਨਾਂ ਹਾਲਾਤਾਂ 'ਚ ਹੋਰ ਕੋਈ ਆਪਸ਼ਨ ਹੀ ਨਹੀਂ ਬਚਦੀ। ਇਸ ਲਈ ਆਪਾਂ ਨੂੰ ਹਰ ਦਿੱਕਤ ਦੇ ਨਾਲ ਵੀ ਆਪਾਂ ਨੂੰ ਕੋਆਪਰੇਟ ਵੀ ਕਰਨਾ ਚਾਹੀਦਾ ਆ, ਠੀਕ ਹੈ। ਅਤੇ ਨਾਲ ਹੀ ਇੱਕ ਚੀਜ਼ ਹੋਰ ਕਿ ਜਿਸ ਤਰ੍ਹਾਂ ਹੁਣ ਆਪਾਂ ਕਹਿ ਰਹੇ ਹਾਂ ਕਿ ਵੀ ਬੱਚੇ ਫੋਨ ਜ਼ਿਆਦਾ ਯੂਜ਼ ਕਰਦੇ ਆ, ਹੈ ਨਾ, ਅਤੇ ਉਹਦੇ ਲਈ ਆਪਣਾ ਪੇਰੈਂਟਸ ਦੇ ਤੌਰ 'ਤੇ ਆਪਣਾ ਫਰਜ਼ ਬਣਦਾ ਕਿ ਇੱਕ ਆਪਾਂ ਉਹਨਾਂ ਨੂੰ ਇੱਕ ਫਿਕਸ ਟਾਈਮ ਦੇ ਦਈਏ ਬੱਚਿਆਂ ਨੂੰ ਕਿ ਤੁਸੀਂ ਇੰਨੇ ਟਾਈਮ ਤੋਂ ਇੰਨੇ ਤੱਕ ਤੁਸੀਂ ਫੋਨ ਦੇਖ ਸਕਦੇ ਆ, ਉਹਦੇ ਵਿੱਚੋਂ ਜਿਹੜਾ ਤੁਹਾਡਾ ਕੋਈ ਹੋਮਵਰਕ ਆ ਉਹਨੂੰ ਕਰ ਲਓ, ਠੀਕ ਹੈ। ਮਿਸਯੂਜ਼ ਨਹੀਂ ਹੋਣਾ ਚਾਹੀਦਾ ਉਸ ਚੀਜ਼ ਦਾ, ਇੱਕ ਲਿਮਿਟ ਹੀ ਹੋਵੇ ਉਹਦੀ ਵੀ, ਤਾਂ ਕਿ ਉਹ 'ਤੇ ਦੂਸਰੀ ਗੱਲ ਕਿ ਆਪਾਂ ਜ਼ਰੂਰ ਚੈੱਕ ਰੱਖੀਏ ਉਸ ਟਾਈਮ ਉਹਨਾਂ 'ਤੇ ਕਿ ਬੱਚੇ ਉਹ ਪ੍ਰੋਪਰ ਵੇ ਨਾਲ ਆਪਣਾ ਕੰਮ ਹੀ ਕਰ ਰਹੇ ਆ, ਹੈ ਨਾ, ਉਸ ਟਾਈਮ 'ਤੇ। ਅਤੇ ਉਹਨਾਂ ਨੂੰ ਇੱਕ ਬਰਡਨ ਨਾ ਬਣਨ ਦੀ ਉਹਨਾਂ 'ਤੇ ਪੜ੍ਹਾਈ ਦਾ ਕਿ ਤੁਹਾਡਾ ਸਿਲੇਬਸ ਨਹੀਂ ਪੂਰਾ ਹੋ ਰਿਹਾ, ਤੁਸੀਂ ਚੰਗੇ ਤਰੀਕੇ ਨਾਲ ਪੜ੍ਹ ਨਹੀਂ ਸਕਦੇ ਇਸ ਤਰ੍ਹਾਂ, ਠੀਕ ਹੈ। ਬਜਾਏ ਇਸਦੇ ਕਿ ਆਪਾਂ ਉਹਨਾਂ ਨੂੰ ਇੱਕ ਬਰਡਨ ਬਣਾ ਦਈਏ ਹਜੇ ਵੀ ਸਟੱਡੀ ਦਾ ਉਹਨਾਂ 'ਤੇ, ਉਸ ਤੋਂ ਬੈਟਰ ਆ ਉਹਨਾਂ ਨੂੰ ਆਪਣੇ ਆਪ ਜਿੰਨਾ ਕੁ ਵੀ ਕਰਦੇ ਆ, ਜਿੰਨਾ ਕੁ ਵੀ ਉਹ ਸਮਝਦੇ ਆ ਉਹਨਾਂ ਨੂੰ ਕਰਨ ਦਿਓ, ਠੀਕ ਹੈ। ਕਈ ਵਾਰੀ ਆਪਣੇ ਬੱਚੇ ਆਪਣੇ ਕੋਲ ਇਸ ਤਰ੍ਹਾਂ ਦੇ ਕੁਸ਼ਚਨ ਹੀ ਪੁੱਛ ਲੈਂਦੇ ਆ ਅੱਜ ਦੇ ਹਾਲਾਤਾਂ ਨੂੰ ਦੇਖ ਕੇ, ਜਿਨ੍ਹਾਂ ਦਾ ਜਵਾਬ ਦੇਣਾ ਆਪਣੇ ਕੋਲੋਂ ਮੁਸ਼ਕਿਲ ਹੋ ਜਾਂਦਾ, ਹੈ ਨਾ, ਕਿਉਂਕਿ ਆਪਣੇ ਕੋਲ ਵੀ ਇਸ ਚੀਜ਼ ਦਾ ਜਵਾਬ ਹੈ ਨਹੀਂ ਕੋਈ ਵੀ। ਅਤੇ ਨਾਲ ਹੀ ਇੱਕ ਗੱਲ ਹੋਰ ਇਹ ਆ ਕਿ ਔਨਲਾਈਨ ਟੀਚਿੰਗ ਜਿਹੜੀ ਆ ਉਹ ਆਪਾਂ ਨੂੰ ਥੋੜ੍ਹਾ ਮੁਸ਼ਕਿਲ ਤਾਂ ਲੱਗ ਰਹੀ ਹੈ ਇਸ ਟਾਈਮ, ਕਿਉਂਕਿ ਆਪਾਂ ਹੈਬਚੁਅਲ ਹੀ ਨਹੀਂ ਸੀ, ਆਪਣੇ ਬੱਚੇ ਹੈਬਚੁਅਲ ਨਹੀਂ ਸੀਗੇ। ਉਹ ਸਕੂਲ ਦੇ ਵਿੱਚ ਜਾਂਦੇ ਸੀ, ਫੇਸ ਟੂ ਫੇਸ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਸੀ ਟੀਚਰਸ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਅਤੇ ਉਹ ਵਧੀਆ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਸੀ ਅਸੀਂ ਜ਼ਿਆਦਾ ਵਧੀਆ ਪੜ੍ਹ ਰਹੇ ਹਾਂ, ਠੀਕ ਹੈ। ਬਟ ਹੁਣ ਆਪਾਂ ਨੂੰ ਹਜੇ ਫਿਲਹਾਲ ਉਹਨਾਂ ਨੂੰ ਐਸੀ ਹਾਲਾਤਾਂ ਦੇ ਵਿੱਚ ਮੋਟੀਵੇਟ ਹੀ ਕਰਨਾ ਚਾਹੀਦਾ ਕਿ ਬੇਟਾ ਤੁਸੀਂ ਕੋਈ ਗੱਲ ਨਹੀਂ, ਜਿੰਨਾ ਕੁ ਵੀ ਤੁਸੀਂ ਕਰ ਸਕਦੇ ਆ ਸਟੱਡੀ ਕਰੋ, ਬਾਕੀ ਸਾਰਾ ਕੁਛ ਬਹੁਤ ਛੇਤੀ ਠੀਕ ਹੋ ਜਾਣਾ। ਅਤੇ ਇੱਕ ਚੀਜ਼ ਤੁਸੀਂ ਇਹ ਦੇਖਿਓ, ਜਦੋਂ ਹਾਲਾਤ ਜਿਹੜੇ ਆ ਉਹ ਠੀਕ ਹੋ ਗਏ ਨਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਉਸ ਤੋਂ ਬਾਅਦ ਦੀ ਦੁਨੀਆ ਹੋਏਗੀ ਉਹ ਇੱਕ ਬਿਲਕੁਲ ਨਿਊ ਹੋਣੀ ਆ,
ਉਹਦੇ 'ਚ ਆਪਣੀਆਂ ਬਹੁਤ ਸਾਰੀਆਂ ਕਨਸੈਪਟ ਜਿਹੜੀਆਂ ਉਹ ਆਪਣੀਆਂ ਚੇਂਜ ਹੋ ਜਾਣਗੀਆਂ। ਜਿਹੜੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਹੁਣ ਤੱਕ ਜੀ ਰਹੇ ਸੀ, ਹੈ ਨਾ, ਸੋਚ ਨੂੰ ਲੈ ਕੇ, ਉਹ ਸਾਰਾ ਕੁਛ ਬਦਲਣਾ ਉਸ ਟਾਈਮ। ਜਿਹਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਪ੍ਰਾਇਓਰਿਟੀ ਦੇ ਰਹੇ ਸੀ, ਵੀ ਇਹਨਾਂ ਚੀਜ਼ਾਂ ਬਿਨਾਂ ਤਾਂ ਆਪਣਾ ਸਰਨਾ ਹੀ ਨਹੀਂ, ਪੈਸਾ ਬਹੁਤ ਹੋਣਾ ਚਾਹੀਦਾ, ਫੈਸਿਲਿਟੀਜ਼ ਆਪਣੇ ਕੋਲ ਬਹੁਤ ਹੋਣੀਆਂ ਚਾਹੀਦੀਆਂ, ਆਪਾਂ ਤਾਂ ਹੀ ਵਧੀਆ ਤਰੀਕੇ ਨਾਲ ਸਰਵਾਈਵ ਕਰ ਸਕਦੇ ਹਾਂ, ਠੀਕ ਹੈ। ਇਹਨਾਂ ਤੋਂ ਬਾਅਦ ਜਿਹੜੀ ਆਪਾਂ ਦੇਖਾਂਗੇ ਨੈਕਸਟ ਜਿਹੜੀ ਲਾਈਫ ਹੋਣੀ ਆ, ਉਹ ਬਹੁਤ ਵਧੀਆ ਲਾਈਫ ਹੋਏਗੀ, ਠੀਕ ਹੈ। ਬਹੁਤ ਕੁਛ ਚੇਂਜ ਹੋਣਾ ਉਸ ਦੇ ਲਈ, ਅਤੇ ਆਪਾਂ ਨੂੰ ਉਸ ਟਾਈਮ ਦੀ ਵੇਟ ਕਰਨੀ ਚਾਹੀਦੀ ਆ, ਪੋਜ਼ੀਟਿਵਲੀ ਵੇਟ ਕਰਨੀ ਚਾਹੀਦੀ ਆ, ਅਤੇ ਉਹ ਟਾਈਮ ਬਹੁਤ ਛੇਤੀ ਆਏਗਾ, ਹੈ ਨਾ। ਅਤੇ ਮੇਰੀ ਇਹੀ ਰਿਕੁਐਸਟ ਹੈ ਕਿ ਪੋਜ਼ੀਟਿਵ ਰਹੋ, ਵਧੀਆ ਸੋਚੋ, ਠੀਕ ਹੈ, ਇੰਜੋਏ ਕਰੋ ਆਪਣੀ ਐਨਰਜੀ ਜਿਹੜੀ ਆ ਉਹ ਨੈਗੇਟਿਵ ਦੀ ਜਗ੍ਹਾ 'ਤੇ ਪੋਜ਼ੀਟਿਵਲੀ ਯੂਜ਼ ਕਰੋ ਉਹਨੂੰ, ਜੋ ਵੀ ਆਪਾਂ ਨੂੰ ਵਧੀਆ ਲੱਗਦਾ ਉਹ ਕਰੋ, ਹੈ ਨਾ। ਬੱਚਿਆਂ ਨੂੰ ਵੀ ਵਧੀਆ ਤਰੀਕੇ ਨਾਲ ਗਾਈਡ ਕਰੋ। ਅਤੇ ਹੁਣ ਲਾਸਟ ਚੀਜ਼ ਇੱਕ ਇਹ ਕਿ ਟੀਚਰ ਹੋਣ ਦੇ ਨਾਂ 'ਤੇ ਮੇਰਾ ਇੱਕ ਡਿਊਟੀ ਬਣਦੀ ਆ ਕਿ ਮੈਂ ਇੱਕ ਤੁਹਾਨੂੰ ਇੱਕ ਹੋਮਵਰਕ ਵੀ ਦੇਵਾਂ, ਹੈ ਨਾ। ਅਤੇ ਹੋਮਵਰਕ ਅੱਜ ਦਾ ਇਹ ਆ ਤੁਹਾਡੇ ਲਈ ਕਿ ਤੁਸੀਂ ਕੀ ਕਰਨਾ, ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਕਿ ਜੇ ਲੋਕਡਾਊਨ ਨਾ ਹੁੰਦਾ ਤਾਂ ਮੈਂ ਆਹ ਕਰਨਾ ਸੀ, ਅਤੇ ਤੁਸੀਂ ਕਿਸ ਚੀਜ਼ ਨੂੰ ਸਭ ਤੋਂ ਵੱਧ ਮਿਸ ਕਰ ਰਹੇ ਹਾਂ, ਵੀ ਜੇ ਲੋਕਡਾਊਨ ਨਾ ਹੁੰਦਾ ਮੈਂ ਆਹ ਕੰਮ ਹੋਣਾ ਸੀਗਾ ਮੈਂ ਕਰਦਾ, ਅਤੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਕੀ ਸੀ ਤੁਹਾਡੇ ਲਈ, ਤੁਸੀਂ ਉਹ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ, ਸਿਰਫ ਇੱਕ ਚੀਜ਼ ਜਿਹਨੂੰ ਤੁਸੀਂ ਮਿਸ ਕਰ ਰਹੇ ਹਾਂ, ਠੀਕ ਹੈ, ਉਹ ਤੁਸੀਂ ਮੈਨੂੰ ਜ਼ਰੂਰ ਲਿਖ ਕੇ ਦੱਸਣਾ ਤਾਂ ਕਿ ਬਾਕੀ ਵੀ ਉਹਨੂੰ ਪੜ੍ਹਨ। ਸਾਰਿਆਂ ਦੀਆਂ ਜਿਹੜੀਆਂ ਆਪਾਂ ਸੋਚਦੇ ਹਾਂ ਇਸ ਟਾਈਮ ਘਰਾਂ 'ਚ ਬੈਠੇ, ਅਤੇ ਉਹਦੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਆਪਾਂ ਕੀ ਕੁਛ ਸੋਚ ਰਹੇ ਹਾਂ ਇਸ ਟਾਈਮ, ਹੈ ਨਾ। ਅਤੇ ਚਲੋ ਇੰਨਾ ਹੀ ਕਾਫੀ ਅੱਜ ਦੇ ਲਈ, ਅਤੇ ਫਿਰ ਮਿਲਾਂਗੇ ਬਹੁਤ ਛੇਤੀ ਨੈਕਸਟ ਵੀਡੀਓ 'ਚ। ਥੈਂਕ ਯੂ ਵੈਰੀ ਮੱਚ।